ਅਸਲਾਮ ਵਾਲੇਕਮ ਗਾਇਜ਼ ਗਾਇਜ਼, ਮੈਂ ਆਖਣਾ ਇਸ ਟਾਈਮ ਚੱਲੇ ਦੇ ਵਿੱਚ ਦੋ ਨਹਿਰਾਂ ਦੇ ਵਿੱਚ, ਇੱਧਰ ਵੀ ਵੇਖ ਲਓ ਨਹਿਰ ਚੱਲੀ ਖੜੀ ਅਤੇ ਆਹ ਸੁੱਕੀ ਹੋਈ ਹੈ ਇਸ ਟਾਈਮ, ਇਹਦੇ ਪਾਣੀ ਕੋਈ ਨਹੀਂ ਹੈਗਾ ਅਤੇ ਅਗਲੀ ਨਹਿਰ ਚੱਲਦੀ ਪਈ ਇਸ ਟਾਈਮ, ਠੀਕ ਹੈ। ਅਤੇ ਮੈਂ ਤਾਂ ਆਇਆ ਸੀ ਕੋਈ ਮੱਛੀ ਮੁੱਛੀ ਦਾ ਵੇਖਣ ਵਾਸਤੇ ਕਿ ਮੱਛੀ ਚੰਗੀ ਲਈ ਜਾ ਵਜਾ ਵੇਖ, ਯਾਨੀ ਕਿ ਕੱਲ੍ਹ ਕਿੱਥੋਂ ਫੜਿਆ ਹੈਗਾ ਲੋਕੇਸ਼ਨ ਵੇਖਣ ਆਇਆ ਸੀ, ਲੇਕਿਨ ਗਾਇਜ਼ ਮੈਂ ਇੱਥੇ ਚੜ੍ਹਾ ਬੜਾ ਮੁਸ਼ਕਲ ਆ, ਤੁਹਾਨੂੰ ਸੋਚਦਾ ਪਿਆ ਵੀ ਅੱਜ ਦੀ ਡੇਟ 'ਚ ਮਿਲਿਆ ਜਾ ਸਾ ਇੱਥੋਂ, ਆਹ ਵੇਖੋ ਗਾਇਜ਼ ਵੀ ਬੜੀ ਨੀਵੀਂ ਹੈ ਅਤੇ ਵੀਡੀਓ 'ਚ ਤੁਹਾਨੂੰ ਇੰਝ ਲੱਗ ਰਹੀ ਹੈ 1000 ਫਿੱਟ ਨੀਵੀਂ ਹੈ। ਜੇ ਤੂੰ ਮੈਂ ਯਰੀ ਵੀ ਥੋੜ੍ਹਾ ਗਿਆ ਤਾਂ ਮੇਰੀ ਹੱਡੀ ਦੇ ਨਾਲ ਗੋਡੀ ਨਹੀਂ ਰਹਿਣੀ, ਠੀਕ ਹੈ। ਅਤੇ ਕੱਲ੍ਹ ਵੀਡੀਓ ਕੋ ਲਾਈਕ ਕਰ ਦਿਓ, ਚੈਨਲ ਕੋ ਸਬਸਕ੍ਰਾਈਬ ਕਰ ਲਓ ਵੀ ਚੇਤੇ ਨਾਲ, ਸ਼ਾਨ ਵਲੋਗ ਕੋ ਸਬਸਕ੍ਰਾਈਬ ਕੀਤਾ ਕਰੋ ਲਾਜ਼ਮੀ, ਸ਼ਾਨ ਵਲੋਗ ਚੇਤਾ ਕਰਾਉਂਦਾ ਰਹਿੰਦਾ ਮੈਂ ਤੁਹਾਨੂੰ, ਤੂੰ ਮੈਂ ਲਵਾਂ ਕਿਵੇਂ ਹੈ ਅਤੇ ਤੂੰ ਮੈਂ ਆ ਤਾਂ ਗਿਆ ਚੈੱਕ ਟਰਾਈ ਕਰਨ। ਗਾਇਸ ਨਜ਼ਰ ਰੱਖਣਾ, ਜਿਵੇਂ ਮੈਂ ਡਿੱਗ ਪਵਾਂ ਸਮਝੋ ਸ਼ਾਨ ਹੁਣ ਨਹੀਂ ਬਚੇਗਾ, ਅਤੇ ਤੁਸੀਂ ਵੀਡੀਓ ਕੋ ਲਾਈਕ ਕਰ ਦੇਣਾ, ਠੀਕ ਹੈ। ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਬਚਣ ਦੀ, ਇਸ ਜਗ੍ਹਾ ਬੜੀ ਖਤਰਨਾਕ ਹੈ, ਇੱਥੋਂ ਮੈਂ ਡਿੱਗ ਸਕਣਾ 100% ਨਹੀਂ। ਇੱਕ ਤਾਂ ਉਹ ਬੁੱਢਾ ਗਿਆ, ਕਿਸੇ ਜ਼ਮਾਨੇ ਮੈਂ ਇੱਥੋਂ ਆਸਰਾ ਵੀ ਨਹੀਂ ਲੈਂਦਾ ਹੁੰਦਾ ਸੀ, ਨਿਕਲ ਜਾਂਦਾ ਹੁੰਦਾ ਸੀ, ਇਹ ਗਾਇਸ ਨਹੀਂ ਲੱਥਾ ਪੈ ਜਾਂਦਾ ਮੇਰੇ ਕੋਲ ਤਿਲਕਣ ਲਈ ਹੈ, ਗਾਇਸ ਮੈਂ ਲੈ ਗਿਆ। ਗਾਇਸ ਵੀਡੀਓ ਕੋ ਲਾਈਕ ਕਰ ਦਿਓ ਚੇਤੇ ਨਾਲ, ਤੋ ਗਾਇਸ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਮੈਂ ਆਖਣਾ ਆ ਪਾਣੀ ਕ੍ਰਾਸ ਕਰਨਾ ਹੈਗਾ। ਆ ਜਾਓ ਮੇਰੇ ਭਾਈ, ਦੇਸੀ ਛੁਆਰੇ ਸਾਫ ਸੁਥਰੇ ਛੁਆਰੇ ਲੈ ਲਓ, ਛੁਆਰੇ ਵੀ ਆਈ ਵੀ ਖਜੂਰ ਦੇਖ ਲਓ ਭਾਈ, ਓਕੇ ਲੱਗਦੇ ਪੈਣ ਇਸ ਟਾਈਮ ਇੱਥੇ, ਇਹ ਸਰਦੀਆਂ ਦਾ ਮਾਹੌਲ ਹੈ ਕਿਉਂਕਿ ਸਰਦੀਆਂ 'ਚ ਛੁਆਰੇ ਖਜੂਰਾਂ ਕਰੂਰਾਂ ਇਹ ਚੱਲਦੀਆਂ, ਅਤੇ ਪਾਣੀ ਗਾਇਸ ਬੜਾ ਠੰਡਾ ਜਿਹੜਾ ਇਸ ਟਾਈਮ ਮੈਂ ਕ੍ਰਾਸ ਕਰਨ ਡਿਆ, ਤੋ ਵੀ ਪਾਣੀ ਸਾਫ ਸੁਥਰਾ ਹੈ, HD ਪਾਣੀ ਤੁਸੀਂ ਦੇਖ ਸਕਦੇ ਹੋ ਆਪਣੀ ਚਾਰਾਂ ਅੱਖਾਂ ਨਾਲ, ਠੀਕ ਹੈ। ਜਲਦੀ ਨਾਲ ਸ਼ਾਨ ਵਲੋਗ ਕੋ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਕੋ ਲਾਈਕ ਕਰ ਦਿਓ, ਠੀਕ ਹੈ। ਆ ਤੇ ਮੁੜ ਫਿਰ ਖਾਵਾਂਗੇ VIP ਖਜੂਰ ਅਤੇ ਦੇਸੀ ਖਜੂਰ ਅਤੇ ਵਧੀਆ ਛੁਆਰਾ। ਆ ਜਾਓ ਮੇਰੇ ਭਾਈ, ਆ ਜਾਓ ਮੇਰੇ ਭਾਊ, ਖਾ ਲਓ ਛੁਆਰਾ। ਵੈਸੇ ਮੈਂ ਆਖਰੀ ਦਰਿਆ ਕ੍ਰਾਸ ਕਰਨ ਲੱਗਾ ਇਸ ਟਾਈਮ, ਗਾਇਸ ਪਾਣੀ ਇੰਨਾ ਠੰਡਾ ਹੈਗਾ ਕਿ ਵਿੱਚ ਮੇਰੇ ਪੈਰ ਇਸ ਟਾਈਮ ਜਿਹੜੇ ਨਾ ਅਸੀਂ ਠੰਡੇ ਹੋਏ ਪੈਰ ਨੂੰ, ਕਈ ਵਾਰੀ ਕੋਈ ਕੜਾਕਾ ਹੋ ਗਿਆ, ਜਾਂ ਬਰਫ਼ ਨਹੀਂ ਕਰਦੀ ਕੜਾਚ ਕੜਾਚ ਉਵੇਂ ਹੋ ਜਾਸੀ। ਲੋਟ ਟਾਈਮ ਚੱਲਿਆ ਜੀ, ਲੋਟ ਟਾਈਮ ਇਸ ਟਾਈਮ ਇਹ ਰਾਤੀ ਅਪੜੇਗਾ ਉੱਥੇ 11 ਵਜੇ ਜਾਂ 10 ਵਜੇ, ਠੀਕ ਹੈ। ਲੋਟ ਟਾਈਮ ਲੱਗਾ, ਵੀਡੀਓ ਲਾਈਕ ਨਹੀਂ ਕੀਤਾ ਨਹੀਂ ਯਾਰ, ਚੈਨਲ ਕੋ ਸਬਸਕ੍ਰਾਈਬ ਨਹੀਂ ਕੀਤਾ ਸ਼ਾਨ ਵਲੋਗ ਕੋ, ਠੀਕ ਹੈ। ਜਲਦੀ ਨਾਲ ਸਬਸਕ੍ਰਾਈਬ ਕਰ ਲਓ, ਮੈਂ ਵਲੋਗ ਕਰ ਕਰ ਤੇ ਥੱਕ ਗਿਆ, ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਪਏ ਨੇ, ਭੈੜਿਓ ਆ ਭੈੜਿਓ। ਗਾਇਸ ਮੈਂ ਆ ਗਿਆ ਇਸ ਟਾਈਮ ਪੱਤਣ 'ਤੇ ਵਾਪਸ, ਇੱਥੋਂ ਦੇਖ ਸਕਦੇ ਹੋ ਇੱਥੋਂ ਕਿੰਨਾ ਮੁਸ਼ਕਲ ਹੈ ਉੱਤੇ ਚੜ੍ਹਨਾ, ਫਿਰ ਵੀ ਮੈਂ ਚੜ੍ਹ ਚੁੜ ਜਾਂਦਾ ਹੁੰਦਾ, ਇਹ ਤੂੰ ਮੇਰਾ ਹੀ ਕੰਮ ਹੈ, ਮੈਂ ਚੜ੍ਹ ਜਾਂਦਾ ਹੁੰਦਾ, ਹੋਰ ਕੋਈ ਬੰਦਾ ਨਹੀਂ ਚੜ੍ਹ ਸਕਦਾ ਕਾਲ ਨਾਲ, ਕਿਉਂਕਿ ਇਹ ਬੜੀ ਉੱਚਾਈ ਹੈ ਇਸ ਟਾਈਮ ਇੱਥੋਂ, 3000 ਫਿੱਟ ਉੱਚੀ ਉੱਚਾਈ ਹੈ ਜਿੱਥੋਂ ਮੈਂ ਚੜ੍ਹਨਾ ਹੈ, ਕੋਈ ਆਮ ਗੱਲ ਨਹੀਂ ਹੈ ਚੜ੍ਹਨਾ ਇੱਥੋਂ। ਇਸ ਮੈਂ ਝਾੜੀ ਆਇਆ, ਅਖਰ ਥੋੜ੍ਹਾ ਜਿਹਾ ਸਫ਼ਰ ਰਹਿ ਗਿਆ ਮੇਰਾ ਹੋਰ ਚੜ੍ਹਨ ਦਾ, ਅੱਕ ਕਿਹੜੇ ਸੋਹਣੇ ਪਏ ਲੱਗਦੇ ਹਨ ਦੀ ਰਿਕਸ਼ਾ ਪਲੇਟਾਂ ਲਈ ਜਾਂਦਾ, ਬਸ ਉਹ ਫੇਰੀ ਵਾਲਾ ਵੇਚਦਾ ਪੇ ਚਿਪਸ ਫਰਾਈਜ਼ ਲੇਜ਼ ਜਿਹੜਾ ਕੁਛ ਵੀ ਕਹਿ, ਚੱਕੀ ਚੱਲੀ ਖੜੀ ਅੱਜ
ਦਾਣੇ ਭਿੱਖੀ ਜਾ ਰਹੇ ਬੰਦੇ। ਆਹ ਸਕੂਟਰ ਜਾਂਦਾ ਪਿਆ, ਆਹ ਦੁਕਾਨ, ਹੈਂ ਦੁਕਾਨ ਦੇ ਅੰਦਰ ਕੋਈ ਵੀ ਦੁਕਾਨ ਹੀ ਖਾਲੀ ਬਾਈ। ਇਹ ਸਾਊਦੀ ਅਰਬ ਹੈ ਕਿਆ? ਹਾਂ ਮੈਂ ਤਾਂ ਲੱਗਦਾ ਮੈਂ ਸਾਊਦੀ ਅਰਬ 'ਚ ਆ ਗਈ। ਭਾਈ ਸੁਣ, ਮੇਰੀ ਵਾਪਸੀ ਹੋ ਗਈ, ਮੈਂ ਚੱਲਣਾ ਪੱਤਾਂ ਤੋਂ ਟੁਰਦਾ ਟੁਰਦਾ ਘਰ ਨੂੰ ਵਾਪਸ। ਟਰਾਲਾ ਆਉਂਦਾ ਪਿਆ ਜੇ ਮੈਨੂੰ ਲੈ ਜਾਵਣ, ਨਹੀਂ ਲੈ ਜਾਂਦੇ ਹੁਣ, ਮੈਨੂੰ ਥੋੜ੍ਹਾ ਹੀ ਨਹੀਂ ਮਾਰੇ। ਪਹੁੰਚ ਆਉਂਦਾ ਪਿਆ, ਸਲਰਿਆਂ ਦਾ ਪਹੁੰਚ ਬਣਾਇਆ ਮਸ਼ੀਨ ਨਾਲ, ਪਹਿਲੇ ਪਹੁੰਚ ਬਣਾਇਆ ਗਿਆ, ਹੁਣ ਚਾਹੁੰਦਾ ਪਿਆ ਇਸ ਟਾਈਮ ਚੱਲਿਆ ਭੱਠਿਆਂ 'ਤੇ। ਉਹ ਟਰੈਕਟਰ ਜਾਂਦਾ ਪਿਆ 240, ਕਣਕ ਰਲਾਮ ਚੱਲਿਆ ਗਿਆ ਟਿਲਰ 'ਤੇ, ਮਗਰ ਬੀਮ ਵੀ ਹੈਗਾ, ਸਵਾਗਾ ਵੀ ਹੈ, ਬੰਨੂ ਵੀ ਹੈ, ਸਾਰੇ ਕੰਮ ਇੱਕ ਵਾਰੀ ਕਰਕੇ ਆਵੇਗਾ ਲੱਗਦਾ। ਟਰਾਲਾ ਬਰਿੰਦ ਦੋ 'ਤੇ ਲੱਗ ਜਾਂਦੇ ਟਰਾਲੇ ਨੂੰ ਬਰਿੰਦਿਆ ਬਰਿੰਦਿਆ, ਕਿਉਂਕਿ ਡੇਢ ਟਰਾਲਾ ਸਾ ਸਾਰਾ ਦੇਖ ਸਕਦੇ ਹੋ। ਬਸ ਮੇਰੇ ਪਿੱਛੇ BMW ਆਉਂਦੀ ਪਈ ਇਸ ਨੂੰ ਦੇਖ ਸਕਦੇ ਹੋ, ਠੀਕ ਹੈ, ਅਤੇ ਪਿੰਡ ਦੀ ਸ਼ਾਨ ਹੈ BMW। ਲੱਭ ਗਈ ਮੈਨੂੰ, ਹੁਣ ਮੈਂ ਚੱਲਿਆ ਹਾਂ ਇਸ ਗੱਡੀ 'ਤੇ ਪੈ ਜਾ, ਸਮਾਂ ਮੈਂ ਕਿੱਥੇ ਪਵਾਂ, ਇਹ ਕੀ ਚੱਲਾ ਖੜਾ। ਲਓ ਥੋੜ੍ਹਾ ਇਸ ਮੈਂ ਇਸ ਟਾਈਮ ਬਹਿ ਗਿਆ ਖੋਤੀ ਰੇੜੀ ਦੇ ਉੱਤੇ, ਆਹ ਬਿੱਲੀ ਹੈ ਮੇਰਾ, ਠੀਕ ਹੈ, ਅਤੇ ਇਹਦੇ ਚੈਨਲ ਕੋ ਸਬਸਕ੍ਰਾਈਬ ਕਰ ਲਓ, ਇਹਦਾ ਚੈਨਲ ਨਿਸ਼ਾਨ ਬਿਲੋ, ਠੀਕ ਹੈ, ਜਲਦੀ ਨਾਲ ਸਬਸਕ੍ਰਾਈਬ ਕਰ ਲਓ। ਉਹ ਤਾਂ ਮੇਰਾ ਇਸੇ ਦੇਖ ਸਕਦੇ ਹੋ, ਪਿੰਡ ਦੀ ਫੇਵਰੇਟ ਗਾੜੀ ਹੈ BMW, ਤੁਸੀਂ ਦੇਖ ਸਕਦੇ ਹੋ। BMW ਦਾ ਅੱਗੇ ਇੱਕ ਹੁੰਦਾ ਹੈਗਾ ਸਟਾਰ ਲੱਗਾ ਵਾ, ਇਹਦੇ ਦੋ ਲੱਗੇ, ਇਹ ਡਬਲ ਸੈਂਸਰ ਹੈ। ਬਸ ਕਿੰਨੀ ਪੜ੍ਹੀ ਲਿਖੀ ਖੋਤੀ ਹੈ, ਆਪੇ ਹੀ ਰਾਹ ਦਿੰਦੀ ਸਾਰਿਆਂ ਨੂੰ, ਮੈਂ ਸਟੈਰਿੰਗ ਆਉਂਦਾ ਉਹ ਬੰਨਾ ਜਾਂਦਾ, ਡਰਾਈਵਰ ਐਵੇਂ ਬੈਠਾ ਜਾਂਦਾ, ਡਰਾਈਵਰ ਨਹੀਂ ਛੇੜ ਰਿਹਾ ਗੱਦੇ ਰੇੜੀ, ਕੁਛ ਵੀ ਨਹੀਂ ਕਰ ਰਿਹਾ, ਲੇਕਿਨ ਉਹ ਆਪਣੇ ਆਪ ਜਾ ਰਹੀ ਹੈ। ਤੇਰੀ ਗੱਡੀ ਜਾ ਰਹੀ ਹੈ ਜੀ, ਡਬਲ ਆਈਆਂ, ਠੀਕ ਹੈ, ਇਹ ਸਿੰਗਲ ਆਈਆਂ ਨੇ, ਉਹ ਡਬਲ ਆਈਆਂ ਨੇ। ਉਸ ਗੱਡੀ ਦੀ ਕੀਮਤ ਜ਼ਿਆਦਾ ਹੈਗੀ ਹੈ 12 ਕਰੋੜ ਰੁਪਈਆ, ਇਹਦੀ ਹੈ 13 ਕਰੋੜ ਰੁਪਈਆ, ਹੈਂ ਇਹਦੀ ਜ਼ਿਆਦਾ ਹੋ ਗਿਆ। ਬਸ ਇਹਦੀ ਹੈਗੀ ਹੈ 40 ਕਰੋੜ ਰੁਪਈਆ ਡਿਮਾਂਡ, ਤੁਸੀਂ ਦੇਖ ਸਕਦੇ ਹੋ। ਇਹ ਟਕਰਾਉਣ ਲੱਗੀ, ਨਹੀਂ ਟਕਰਾਈ। ਤੋ ਗਾਇਸ ਵੀਡੀਓ ਕੋ ਲਾਈਕ ਕਰ ਲੈ, ਚੈਨਲ ਕੋ ਸਬਸਕ੍ਰਾਈਬ ਕਰ ਲੈ ਉਹ ਵੀ ਚੇਤੇ ਨਾਲ, ਠੀਕ ਹੈ, ਮਿਲਤੇ ਅਗਲੇ ਵੀ ਲੋਕ ਨਿਸ਼ਾਨ ਵੀ ਲੋਕ ਨੂੰ ਸਬਸਕ੍ਰਾਈਬ ਕਰੋ ਚੇਤੇ ਨਾਲ। ਓਕੇ ਫਿਰ, ਅੱਲਾ ਹਾਫਿਜ਼, ਥੈਂਕ ਯੂ।